ਸ਼ਰਧਾ ਪੂਰ ਜਗ ਜੀਵਨ ਦਾਤੇ ਸ਼ਰਧਾ ਪੂਰ ਜਗ ਜੀਵਨ ਦਾਤੇ ਸ਼ਰਧਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਪੀ ਜੈ ਜੀਓ ਮਿਲ ਹਰ ਦਰਸ਼ਨ ਹਰ ਦਰਸ਼ਨ ਮਨ ਪੀ ਜੈ ਜੀਓ ਮਿਲ ਹਰ ਦਰਸ਼ਨ ਮਨ ਪੀ ਜੈ ਜੀਓ ਮੇਰੀ ਸ਼ਰਧਾ ਪੂਰ ਜਗ ਜੀਵਨ ਦਾਤੇ ਪੂਰ ਜਗ ਜੀਵਨ ਦਾਤੇ ਸ਼ਰਧਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਪੀ ਜੈ ਜੀਓ ਮਿਲ ਹਰ ਦਰਸ਼ਨ ਮਨ ਪੀ ਜੈ ਹਰ ਦਰਸ਼ਨ ਮਨ ਪੀ ਜੈ ਜੀਓ ਹਰ ਦਰਸ਼ਨ ਮਨ ਪੀ ਜੈ ਹਰ ਜਨ ਸੰਤ ਮਿਲੋ ਮੇਰੇ ਪਾਈ ਹਰ ਜਨ ਸੰਤ ਮਿਲੋ ਮੇਰੇ ਪਾਈ ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਈ ਮੇਰਾ ਹਰ ਪ੍ਰਭ ਦੱਸੋ ਮੇਰੀ ਸ਼ਰਧਾ ਪੂਰ ਜਗ ਜੀਵਨ ਦਾਤੇ ਮੇਰੀ ਸ਼ਰਧਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਪੀ ਜੈ ਜੀਓ ਮਿਲ ਹਰ ਦਰਸ਼ਨ ਮਿਲ ਸਤਸੰਗ ਬੋਲੀ ਹਰ ਬਾਣੀ ਮਿਲ ਸਤਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਪਾਣੀ ਹਰ ਹਰ ਕਥਾ ਹਰ ਹਰ ਅੰਮ੍ਰਿਤ ਹਰ ਮਨ ਪਾਵੇ ਹਰ ਹਰ ਅੰਮ੍ਰਿਤ ਹਰ ਮਨ ਪਾਵੇ ਮਿਲ ਸਤਿਗੁਰ ਅੰਮ੍ਰਿਤ ਪੀ ਜੈ ਜੀਓ ਮਿਲ ਸ਼ਰਧਾ
पूर जग जीवन दाते हर दर्शन मन पीजियो मिल हर दर्शन मन पीजियो मिल हर दर्शन मन पीजियो मिल हर दर्शन छोटा खावे पागहीन प्रम छोटा खावे बिन पागा सत्संग ना लभे बिन पागा सत्संग ना लभे बिन संगत मैल परिज जियो बिन संगत मैल परिज जियो मैं आए मिलो जग जीवन प्यारे हर नाम दया मन तारे हर हर नाम दया मन तारे गुरमत नाम मीठा मन पाया नाम मीठा मन पाया गुरमत नाम मीठा मन पाया जन नानक नाम मन पीजै जियो जन नानक नाम मन पीजै शरधा पूर जग जीवन दाते मेरी शरधा पूर जग जीवन दाते मेरी शरधा पूर जग जीवन दाते हर दर्शन मन पीजै जियो हर दर्शन मन पीजै जियो मिल हर दर्शन मन पीजै जियो
ਸਿੱਖੀ ਦੀ ਨੀਂਵ ਨੀਂਵ ਸ਼ਰਧਾ ਜਿਹਦੇ ਕੋਲ ਸ਼ਰਧਾ ਨਹੀਂ ਨਾ ਸੱਸ ਉਹਦੇ ਹਰ ਕਰਮ ਸੁੱਕੇ ਸੁੱਕੇ ਹੋਣਗੇ ਸੁੱਕੇ ਸੁੱਕੇ ਉਹਦੀ ਭਗਤੀ ਵੀ ਸੁੱਕੀ ਉਹਦਾ ਸਿਮਰਨ ਵੀ ਸੁੱਕਾ ਉਹਦੀ ਸੇਵਾ ਵੀ ਸੁੱਕੀ ਸੁੱਕੀ ਰੁੱਖੀ ਸੁੱਕੀ ਉਹਦੇ ਜੀਵਨ ਦਾ ਰਸ ਵੀ ਸੱਸ ਸੁੱਕਾ ਸੁੱਕਾ ਹੀ ਹੋਏਗਾ ਇੱਕ ਸ਼ਰਧਾ ਪੈ ਜਾਵੇ ਵਿੱਚ ਬਸ ਸ਼ਰਧਾ ਪੈ ਜਾਵੇ ਸ਼ਰਧਾ ਵਾਲਿਆਂ ਦੇ ਹੀ ਵੇੜੇ ਸਤਸੰਗਤ ਪਾਰ ਹੁੰਦੇ ਪਾਰ ਹੁੰਦੇ ਸ਼ਰਧਾ ਵਾਲਿਆਂ ਦੇ ਹੀ ਵੇੜੇ ਪਾਰ ਨੇ ਹਰ ਕਰਮ ਸ਼ਰਧਾ ਵਿੱਚ ਕਰੋ ਹਰ ਹਰ ਕਰਮ ਸ਼ਰਧਾ ਵਿੱਚ ਕਰੋ ਜੇ ਬਾਣੀ ਪੜ ਰਹੇ ਹਾਂ ਸ਼ਰਧਾ ਵਿੱਚ ਹੋਵੇ ਜੇ ਸੇਵਾ ਕਰ ਰਹੇ ਹਾਂ ਸ਼ਰਧਾ ਵਿੱਚ ਹੋਵੇ ਸਿਮਰਨ ਕਰ ਰਹੇ ਹਾਂ ਸ਼ਰਧਾ ਵਿੱਚ ਹੋਵੇ ਸਤਸੰਗ ਚ ਬੈਠੇ ਹਾਂ ਸ਼ਰਧਾ ਚ ਬੈਠੇ ਗੁਰੂ ਦੀ ਸੇਵਾ ਚ ਨਿਕਲੇ ਹਾਂ ਗੁਰੂ ਦੀ ਸੇਵਾ ਕਰ ਰਹੇ ਹਾਂ ਸ਼ਰਧਾ ਚ ਬੜੀ ਵੱਡੀ ਕਮਾਈ ਹੈ ਸਤਸੰਗ ਬੜੀ ਵੱਡੀ ਕਮਾਈ ਸ਼ਰਧਾ ਸ਼ਰਧਾ ਵਿੱਚ ਕੀਤੀ ਭਗਤੀ ਹੀ ਸਤਿਗੁਰੂ ਜੀ ਨੂੰ ਪ੍ਰਵਾਨ ਹੈ ਸੱਚ ਸ੍ਰੀ ਅਕਾਲ ਸ਼ਰਧਾ ਵਿੱਚ ਕੀਤੀ ਭਗਤੀ ਪ੍ਰਵਾਨ ਹੈ ਮੈਂ ਨਹੀਂ ਕਹਿ ਰਿਹਾ ਹੁਣ ਪੰਕਤੀਆਂ ਦਾਸ ਪੜ੍ਹੇਗਾ ਸਤਿਗੁਰੂ ਜੀ ਕਹਿ ਰਹੇ ਨੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਇਹ ਗਿਆਨ ਦਿੱਤਾ ਹੈ ਸਤਿਗੁਰ ਜੀ ਨੇ ਕਹਿੰਦੇ ਮੇਰੇ ਬੱਚਿਆ ਭਗਤੀ ਜ਼ਰੂਰ ਕਰਨੀ ਜ਼ਰੂਰ ਸੇਵਾ ਜ਼ਰੂਰ ਕਰੀ ਬੰਦਗੀ ਜ਼ਰੂਰ ਕਰੀ ਹਰ ਕਰਮ ਇਸ ਸ੍ਰਿਸ਼ਟੀ ਚ ਆਇਆ ਤੂੰ ਕਰਨਾ ਹੈ ਪਰ ਹਰ ਕਰਮ ਦੇ ਵਿੱਚ ਬਸ ਇੱਕ ਸ਼ਰਧਾ ਪਾ ਦੇਈ ਆਖੋ ਸਤਨਾਮ ਸ਼ਰਧਾ ਸ਼ਰਧਾ ਨਾਲ ਕਰੀ ਜੇ ਸੇਵਾ ਕੀਤੀ ਬਖਸ਼ਿਸ਼ ਜ਼ਰੂਰ ਮਿਲੇਗੀ ਪਰ ਜੇ ਉਸੇ ਸੇਵਾ ਦੇ ਵਿੱਚ ਸ਼ਰਧਾ ਪਾ ਕੇ ਸੇਵਾ ਕਰੇ ਤੇ ਬਖਸ਼ਿਸ਼ ਜਲਦੀ ਹੋ ਜਾਏਗੀ ਆਖੋ ਸਤਨਾਮ ਸੱਚ ਸਤਿ ਸ੍ਰੀ ਅਕਾਲ ਭਗਤੀ ਕੀਤੀ ਕਿਰਪਾ ਹੋਏਗੀ ਬਾਣੀ ਪੜ੍ਹੀ ਕਿਰਪਾ ਹੋਏਗੀ ਪਰ ਇਹ ਨਹੀਂ ਪਤਾ ਕਦੋਂ ਹੋਏਗੀ ਬਾਣੀ ਪੜ੍ਹਨ ਵਾਲਾ ਕਦੇ ਖਾਲੀ ਨਹੀਂ ਜਾਏਗਾ ਕਦੇ ਦੇਰ ਸਵੇਰ ਝੋਲੀ ਜ਼ਰੂਰ ਭਰੇਗੀ ਪਰ ਹਾਂ ਜੇ ਉਸੀ ਪੜ੍ਹੀ ਹੋਈ ਬਾਣੀ ਚ ਸ਼ਰਧਾ ਪਾ ਦਿਓਗੇ ਸ਼ਰਧਾ ਅਕੀਦੇ ਨਾਲ ਵਿਸ਼ਵਾਸ ਦ੍ਰਿੜਤਾ ਜਿਹੜੀ ਬਖਸ਼ਿਸ਼ ਬਹੁਤ ਲੇਟ ਹੋਣੀ ਸੀ ਉਹ ਸਤਿਗੁਰ ਜੀ ਨੇ ਸਹਿਜੇ ਹੀ ਤੇਰੀ ਝੋਲੀ ਚ ਪਾ ਦੇਣੀ ਆ ਕੋ ਸਤਨਾਮ ਸੱਚ ਸ੍ਰੀ ਅਕਾਲ ਮੇਰੀ ਸ਼ਰਧਾ ਪੂਰ ਜਗ ਜੀਵਨ ਦਾਤੇ ਸ਼ਰਧਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਪੀਜੈ ਜੀ ਹਰ ਦਰਸ਼ਨ ਮਨ ਪੀਜੈ ਜੀਓ ਹਰ
ਕਰਦਾ ਪੂਰ ਜਗ ਜੀਵਨ ਦਾਤੇ ਸ਼ਰਧਾ ਪੂਰ ਜਗ ਜੀਵਨ ਦਾਤੇ ਮੇਰੀ ਸ਼ਰਧਾ ਪੂਰ ਜਗ ਜੀਵਨ ਦਾਤੇ ਮੇਰੀ ਸ਼ਰਧਾ ਪੂਰ ਜਗ ਜੀਵਨ ਦਾਤੇ ਮੇਰੀ ਸ਼ਰਧਾ ਪੂਰ ਜਗ ਜੀਵਨ ਦਾਤੇ ਪ੍ਰਭ ਕੇ ਸੇਵਕ ਬਹੁਤ ਅਤਨੀਕੇ ਪ੍ਰਭ ਕੇ ਸੇਵਕ ਬਹੁਤ ਅਤਨੀਕੇ ਮਨ ਸ਼ਰਧਾ ਕਰ ਹਰ ਤਾਰੇ ਮਨ ਸ਼ਰਧਾ ਕਰ ਹਰ ਤਾਰੇ ਓ ਮਨ ਸ਼ਰਧਾ ਕਰ ਹਰ ਤਾਰੇ ਮਨ ਸ਼ਰਧਾ ਕਰ ਹਰ ਤਾਰੇ ਮੇਰੇ ਪ੍ਰਭ ਸ਼ਰਧਾ ਭਗਤ ਮਨ ਪਾਵੇ 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 ਜਨ ਕੀ ਪੈਜ ਸਵਾਰੇ ਜਨ ਕੀ ਪੈਜ ਸਵਾਰੇ ਹਾਂਜੀ ਜਨ ਕੀ ਪੈਜ ਸਵਾਰੇ ਜਨ ਕੀ ਪੈਜ ਸਵਾਰੇ ਆ ਸੁਣ ਲਓ ਕੀ ਕਹਿੰਦੇ ਸਤਿਗੁਰੂ ਕਹਿੰਦੇ ਪ੍ਰਭ ਕੇ ਸੇਵਕ ਬਹੁਤ ਅਤਨੀਕੇ 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 ਨੀਕੇ ਕਹਿੰਦੇ ਨੇ ਉੱਤਮ ਇੱਕ ਲਫ਼ਜ਼ ਆਂਦਾ ਅਤਿ ਉੱਤਮ ਸਾਹਿਬ ਕਹਿੰਦੇ ਅਤਿ ਉੱਤਮ ਪ੍ਰਭ ਕੇ ਸੇਵਕ ਬਹੁਤ ਅਤ ਨੀਕੇ ਬਹੁਤ ਬੜੇ ਚੰਗੇ ਲੱਗਦੇ ਨੇ ਵਾਹਿਗੁਰੂ ਜੀ ਨੂੰ ਉਹ ਸੇਵਕ ਕਿਹੜੇ ਮਨ ਸ਼ਰਧਾ ਕਰ ਹਰ ਧਾਰੇ ਉਹ ਸੇਵਕ ਬੜੇ ਹੀ ਚੰਗੇ ਲੱਗਦੇ ਬੜੇ ਹੀ ਸੋਹਣੇ ਲੱਗਦੇ ਨੇ ਜਿਹੜੇ ਸ਼ਰਧਾ ਕਰਕੇ ਜਪਦੇ ਨੇ ਸਤਨਾਮ ਸ੍ਰੀਅਕਾਲ ਬੜੇ ਹੀ ਸੋਹਣੇ ਲੱਗਦੇ ਵਾਹਿਗੁਰੂ ਜਪੇ ਕੋਈ ਚੰਗੀ ਗੱਲ ਪਰ ਜੇ ਵਿੱਚ ਸ਼ਰਧਾ ਪਾ ਦੇਵੇ ਵਿੱਚ ਭਰੋਸਾ ਪਾ ਦੇਵੇ ਟੇਕ ਦੇ ਨਾਲ ਜਪੇ ਇੱਕ ਭਰੋਸੇ ਦੇ ਨਾਲ ਜਪੇ ਸੱਸ ਕਹਿੰਦੇ ਉਹ ਸੇਵਕ ਸਤਿਗੁਰ ਜੀ ਨੂੰ ਬਹੁਤ ਪਾਉਂਦੇ ਨੇ ਫਿਰ ਅਗਲੀ ਭਗਤੀ ਸੁਣੋ ਕਮਾਲ ਕਰਦੀ ਜੀ ਸਤਿਗੁਰ ਜੀ ਨੂੰ ਕਹਿੰਦੇ ਮੇਰੇ ਪ੍ਰਭ ਸ਼ਰਧਾ ਭਗਤ ਮਨ ਭਾਵੇ ਮਨ ਭਾਵੇ ਮੇਰੇ ਪ੍ਰਭ ਸ਼ਰਧਾ ਭਗਤ ਇੱਥੇ ਭਗਤ ਤੱਤੇ ਨੂੰ ਸਿਹਾਰੀ ਹੈ ਜੀ ਸ਼ਰਧਾ ਵਾਲੀ ਭਗਤੀ ਸੁੱਕੀ ਭਗਤੀ ਨਹੀਂ ਭਗਤੀ ਕਰ ਰਹੇ ਹਾਂ ਅੰਦਰ ਵੈਰ ਹੈ ਅੰਦਰ ਵਿਰੋਧ ਹੈ ਅੰਦਰ ਈਰਖਾ ਅੰਦਰ ਦਵੈਸ਼ ਅੰਦਰ ਨਿੰਦੇ ਹੈ ਅੰਦਰ ਹਉਮੈ ਹੈ 20 ਸਾਲ ਹੋ ਗਏ ਬਾਣੀ ਪੜ੍ਹਦਿਆਂ ਨੂੰ ਸਤਸੰਗ 20 ਸਾਲ 25 ਸਾਲ ਹੋ ਗਏ 12 ਸਾਲ ਹੋ ਗਏ 18 ਸਾਲ ਹੋ ਗਏ ਉੱਥੇ ਹੀ ਖੜੇ ਹਾਂ ਉੱਥੇ ਹੀ ਖੜੇ ਪੌੜੀ ਕਿਉਂ ਨਹੀਂ ਚੜੀ ਜੀ ਕਦੇ ਵਿਚਾਰਨਾ ਤਾਂ ਸਹੀ ਕਿਉਂ ਨਹੀਂ ਪੌੜੀ ਚੜੀ 8 ਸਾਲ ਪਹਿਲੇ ਵੀ ਨਿੰਦਿਆ ਕੁੱਟ ਕੁੱਟ ਕੇ ਭਰੀ ਹੋਈ ਸੀ 8 ਸਾਲ ਬਾਅਦ ਵੀ ਨਿੰਦਿਆ ਕੁੱਟ ਕੁੱਟ ਕੇ ਭਰੀ ਹੋਈ ਈਰਖਾ ਦਵੈਸ਼ ਅੰਦਰ ਰੱਜ ਕੇ ਭਰੀ ਹੋਈ ਸੀ ਵੀ ਰੱਜ ਕੇ ਭਰੀ ਹੋਈ ਔਰ ਬਾਣੀ ਇੰਨੀ ਪੜ ਲਈ ਕਿਉਂ ਕਿਉਂ ਗੱਲ ਨਹੀਂ ਬਣੀ ਜੀ ਦੱਸੋ ਕਿਉਂ
ਕਿਉਂਕਿ ਵਿੱਚ ਜੋ ਚੀਜ਼ ਸਤਿਗੁਰ ਜੀ ਕਹਿੰਦੇ ਪਾਉਣ ਵਾਸਤੇ ਉਹ ਤਾਂ ਪਾਈ ਨਹੀਂ, ਉਹ ਸੀ ਸ਼ਰਧਾ, ਸ਼ਰਧਾ ਅਕੀਦਾ ਵਿਸ਼ਵਾਸ। ਕੋਈ ਬਾਣੀ ਵਿਸ਼ਵਾਸ ਦੇ ਨਾਲ ਪੜ੍ਹੇ, ਅਕੀਦੇ ਨਾਲ ਪੜ੍ਹੇ, ਸਤਸੰਗਤ ਸਤਿਗੁਰ ਜੀ ਨੂੰ ਕਾਰਜ ਸਵਾਰਨੇ ਪੈਂਦੇ ਨੇ, ਭਾਵੇਂ ਉਹ ਦੁਨਿਆਵੀ ਨੇ ਤੇ ਭਾਵੇਂ ਦਰਗਾਈ ਨੇ। ਆਪੋ ਸਤਨਾਮ ਬੈਠੇ ਕੋਈ ਸ਼ਰਧਾ, ਮੇਰੇ ਪ੍ਰਭ ਸ਼ਰਧਾ ਭਗਤ ਮਨ ਭਾਵੇ, ਮਨ ਭਾਵੇ ਮੇਰੇ ਸਤਿਗੁਰ ਜੀ ਨੂੰ ਸ਼ਰਧਾ ਵਾਲੀ ਭਗਤੀ ਪਾਉਂਦੀ ਹੈ, ਸ਼ਰਧਾ ਵਾਲੀ ਭਗਤੀ ਪਾਉਂਦੀ ਤੇ ਜਨ ਕੀ ਪੈਜ ਸਵਾਰ। ਹੁਣ ਅਸੀਂ ਬਾਣੀ ਪੜ੍ਹਨ ਲਈ ਬੈਠੇ ਜੀ, ਸਤਿ ਸ੍ਰੀ ਬਾਣੀ ਪੜ੍ਹਨ ਬੈਠੇ, ਮੰਗ ਸੀ ਕਿ ਆਹ ਵਸਤੂ ਮਿਲ ਜਾਏ, ਆਹ ਮਿਲ ਜਾਏ, ਉਹ ਮਿਲ ਜਾਏ, ਨਹੀਂ ਪੂਰੀ ਹੋਈ, ਨਹੀਂ ਪੂਰੀ ਹੋਈ, ਛੱਡ ਦਿੰਦੇ ਹਾਂ। ਤੇ ਜੇ ਬਾਣੀ ਏਦਾਂ ਪੜ੍ਹੋ ਕਿ ਮੈਂ ਬਾਣੀ ਦਾ ਸਹਾਰਾ ਲੈਣ ਲੱਗੀ ਹਾਂ, ਮੈਂ ਬਾਣੀ ਦਾ ਸਹਾਰਾ ਲੈਣ ਲੱਗਾ, ਬਾਣੀ ਵਰਤੇਗੀ ਹੀ ਵਰਤੇਗੀ। ਆਖੋ ਸਤਨਾਮ, ਬਾਣੀ ਵਰਤੇਗੀ ਹੀ ਵਰਤੇਗੀ ਤੇ ਵਰਤਣੀ ਪੈਣੀ ਹੈ, ਸੁਣ ਲਓ, ਫਿਰ ਬਾਣੀ ਨੂੰ ਵਰਤਣਾ ਪੈਣਾ, ਕਿਉਂਕਿ ਤੁਸੀਂ ਭਰੋਸੇ 'ਚ ਬਹਿ ਗਏ, ਤੁਸੀਂ ਅਕੀਦੇ 'ਚ ਬਹਿ ਗਏ। ਪਰ ਇੱਕ ਬੇਨਤੀ ਮੈਂ ਕਰਨਾ, ਦੁਨਿਆਵੀ ਮੰਗਾਂ ਮੰਗਦੇ ਆ ਮੰਗਦੇ, ਉਹ ਕਿਤੇ ਆ ਅੰਦਰੋਂ ਧੂ ਪੈ ਜਾਵੇ, ਅੰਦਰੋਂ ਆ ਖਿੱਚ ਪੈ ਜਾਵੇ ਕਿ ਹੇ ਸੱਚਿਆ ਪਾਤਸ਼ਾਹ, ਹੁਣ ਤੇਰੇ ਦਰਸ਼ਨਾਂ ਦੀ ਚਾਹ ਹੈ, ਤੇਰੇ ਦਰਸ਼ਨਾਂ ਦੀ ਚਾਹ, ਮਿਲ ਹਰ ਦਰਸ਼ਨ ਮਨ ਭੀਜੈ ਜੀਓ, ਮਿਲ ਹਰ ਦਰਸ਼ਨ ਮਨ ਭੀਜੈ ਜੀਓ। ਕਰਮਾਂ ਵਾਲਿਓ, ਕੋਈ ਕਰਮ ਸ਼ਰਧਾ ਤੋਂ ਬਗੈਰ ਨਾ ਕਰਨਾ, ਕੋਈ ਕਰਮ ਭਰੋਸੇ ਤੋਂ ਬਗੈਰ ਨਾ ਕਰਨਾ। ਜੇ ਭਰੋਸਾ ਹੋਏਗਾ ਤੇ ਕਿਰਪਾ ਜਲਦੀ ਵਰਤੇਗੀ, ਜਲਦੀ ਵਰਤੇਗੀ। ਸ਼ਰਧਾ ਵਿੱਚ ਕੀਤੀ ਭਗਤੀ ਹੀ ਸਤਿਗੁਰ ਜੀ ਨੂੰ ਪਾਉਂਦੀ, ਜੇ ਉਹੀ ਭਗਤੀ ਪਾਉਂਦੀ ਹੈ। ਜੋ ਜੋ ਸੋਨੇ ਪੇਖੇ ਲਾਏ ਸ਼ਰਧਾ, ਜੋ ਜੋ ਸੋਨੇ ਪੇਖੇ, ਸੁਣ ਲਓ, ਜੋ ਜੋ ਸੋਨੇ ਪੇਖੇ ਲਾਏ ਸ਼ਰਧਾ, ਜੋ ਜੋ ਸੋਨੇ ਪੇਖੇ ਲਾਏ ਸ਼ਰਧਾ, ਤਾਂ ਕਾ ਜਨਮ ਮਰਨ ਦੁੱਖ ਪਾਗੈ, ਤਾਂ ਕਾ ਜਨਮ ਮਰਨ ਦੁੱਖ ਪਾਗੈ, ਤਾਂ ਕਾ ਜਨਮ ਮਰਨ ਦੁੱਖ ਪਾਗੈ, ਤਾਂ ਕਾ ਜਨਮ ਮਰਨ ਦੁੱਖ ਪਾਗੈ। ਜੋ ਜੋ ਸੁਣੇ ਪੇਖੇ ਲਾਏ ਸ਼ਰਧਾ, ਜੋ ਜੋ ਸੁਣੇ ਪੇਖੇ ਲਾਏ ਸ਼ਰਧਾ, ਸਾਹਿਬ ਨੇ ਖੁੱਲ ਕੇ ਕਹਿ ਦਿੱਤਾ, ਜੋ ਜੋ ਸੁਣੇ ਪੇਖੇ ਲਾਏ ਸ਼ਰਧਾ, ਤਾਂ ਕਾ ਜਨਮ ਮਰਨ ਦੁੱਖ ਭਾਗੈ। ਜਨਮ ਮਰਨ ਦਾ ਦੁੱਖ ਵੀ ਕੱਟਿਆ ਜਾਏਗਾ, ਨਜ਼ਰ ਝੋਲੀ ਚ ਪਏਗੀ, ਬਖਸ਼ਿਸ਼ ਝੋਲੀ ਚ ਪਏਗੀ। ਬਸ ਇੱਕ ਸ਼ਰਧਾ ਰੱਖ ਲਈ, ਇੱਕ ਅਕੀਦਾ ਰੱਖ ਲਈ। ਕਦੇ ਦਾਤਾ ਮੰਗਦਿਆਂ ਮੰਗਦਿਆਂ ਦਾਤਾਰ ਨੂੰ ਵੀ ਮੰਗ ਲਈ ਆ, ਆਖੋ ਸਤਨਾਮ। ਹਰ ਵੇਲੇ ਅਸੀਂ ਦਾਤਾਂ ਦੇ ਨਾਲ ਹੀ ਜੁੜੇ ਹੋਏ। ਅਕਸਰ ਦਾਸ ਇਹ ਗੱਲ ਕਹਿੰਦਾ, ਸਾਡੀ ਭਗਤੀ ਦਾਤਾਂ ਕਰਕੇ ਹੈ, ਸਾਡੀ ਭਗਤੀ ਦਾਤਾਂ ਵਾਸਤੇ ਹੈ, ਦਾਤਾਂ ਪਦਾਰਥ। ਬੜੀ ਕਿਰਪਾ ਕਿਸੇ ਤੇ ਹੋਵੇ, ਬੜੀ ਬਖਸ਼ਿਸ਼ ਹੋਵੇ, ਉਹਦੇ ਹਿਰਦੇ ਚੋਂ ਹੂਕ ਨਿਕਲਦੀ ਹੈ, ਇਹ ਗਰੀਬ ਨਿਵਾਜ। ਮਿਲ ਹਰ ਦਰਸ਼ਨ ਮਨ ਭੀਜੈ ਜੀਓ, ਮਿਲ ਹਰ ਦਰਸ਼ਨ ਮਨ ਭੀਜੈ ਜੀਓ, ਮੇਰੀ ਸ਼ਰਧਾ ਪੂਰ ਜਗ ਜੀਵਨ ਦਾਤੇ, ਸ਼ਰਧਾ ਪੂਰ ਜਗ
जगजीवन दाते मेरी शरदा पूरे जगजीवन दाते